ਪੰਜਾਬ ਦੇ ਜਲੰਧਰ ਜ਼ਿਲ੍ਹੇ ਦਾ ਨਗਰ ਕਰਤਾਰਪੁਰ ਜਿੱਥੇ ਇਤਿਹਾਸਿਕ ਪੱਖੋਂ ਉਸ ਵੇਲੇ ਦਾ ਵਸਿਆ ਹੋਇਆ ਹੈ ਜਦ ਮੁਗਲ ਸ਼ਾਸਕ ਅਕਬਰ ਨੇ ਸਿੱਖਾਂ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਵਸਾਇਆ ਨਗਰ ਅੱਜ ਵੀ ਹਿੰਦੂ ਸਿੱਖ ਅਤੇ ਮੁਸਲਿਮ ਭਾਈਚਾਰੇ ਦਾ ਇੱਕ ਪ੍ਰਤੀਕ ਬਣਿਆ ਹੋਇਆ ਹੈ। ਕਰਤਾਰਪੁਰ ਜਿੱਥੇ ਪੂਰੀ ਦੁਨੀਆ ਵਿੱਚ ਆਪਣੇ ਫਰਨੀਚਰ ਦੇ ਕਾਰੋਬਾਰ ਲਈ ਜਾਣਿਆ ਜਾਂਦਾ ਹੈ, ਉਹ ਇਸ ਨਗਰ ਵਿੱਚ ਹਿੰਦੂ ਮੁਸਲਿਮ ਸਿੱਖਾਂ ਦਾ ਆਪਸੀ ਭਾਈਚਾਰਾ ਦੀ ਵੀ ਇੱਕ ਵੱਡੀ ਮਿਸਾਲ ਹੈ। ਕਰਤਾਰਪੁਰ ਨਗਰ ਵਿੱਚ ਜਿੱਥੇ ਵੱਡੇ ਵੱਡੇ ਕਾਰੋਬਾਰੀ ਫਰਨੀਚਰ ਤਿਆਰ ਕਰ ਨਾ ਸਿਰਫ ਆਪਣੇ ਦੇਸ਼ ਬਲਕਿ ਵਿਦੇਸ਼ਾਂ ਵਿੱਚ ਵੀ ਇਸ ਦੀ ਸਪਲਾਈ ਕਰਦੇ ਹਾਂ, ਉੱਥੇ ਹੀ ਇੱਥੇ ਵੱਡਣ ਵਾਲਾ ਗੁਰਦੁਆਰਿਆਂ ਦੇ ਵਿੱਚ ਰੱਖਣ ਵਾਲਾ ਸਥਾਨ ਜਿਵੇਂ ਕਿ ਪਾਲਕੀ ਸਾਹਿਬ, ਪੀੜਾ ਸਾਹਿਬ ਅਤੇ ਮੁੱਖ ਆਸਨ ਲਈ ਪਲੰਗ ਵੀ ਤਿਆਰ ਕੀਤੇ ਜਾਂਦੇ ਨੇ। ਇਹੀ ਨਹੀਂ, ਇਸ ਤੋਂ ਇਲਾਵਾ ਮੰਦਿਰ ਅਤੇ ਮਸਜਿਦਾਂ ਵਿੱਚ ਇਸਤੇਮਾਲ ਹੋਣ ਵਾਲਾ ਸਮਾਨ ਵੀ ਕਰਤਾਰਪੁਰ ਤੋਂ ਪੂਰੀ ਦੁਨੀਆ ਦੇ ਵਿੱਚ ਸਪਲਾਈ ਕੀਤਾ ਜਾਂਦਾ ਹੈ। ਇਸ ਕੰਮ ਦੀ ਖਾਸੀਅਤ ਇਹ ਹੈ ਕਿ ਹਰ ਧਰਮ ਦੇ ਧਾਰਮਿਕ ਸਥਾਨਾਂ ਲਈ ਤਿਆਰ ਹੋਣ ਵਾਲੇ ਸਮਾਨ ਨੂੰ ਅਲੱਗ ਅਲੱਗ ਧਰਮ ਦੇ ਰੂਪ ਨਹੀਂ ਬਲਕਿ ਸਭ ਮਿਲ ਕੇ ਬਣਾਉਂਦੇ ਹਨ। ਇੱਕ ਪਾਸੇ ਜਿੱਥੇ ਵੱਡੇ ਹਿੰਦੂ ਸਿੱਖ ਕਾਰੋਬਾਰੀਆਂ ਵੱਲੋਂ ਵੱਡੇ ਲੈਵਲ ਤੇ ਇਹ ਸਮਾਨ ਤਿਆਰ ਕੀਤਾ ਜਾਂਦਾ ਹੈ, ਉੱਥੇ ਇਸ ਦੀ ਬਾਰੀਕ ਨਕਾਸ਼ੀ ਮੁਸਲਿਮ ਪਰਿਵਾਰ ਦੇ ਲੋਕਾਂ ਵੱਲੋਂ ਬਣਾਈ ਜਾਂਦੀ ਹੈ। ਫਿਰ ਚਾਹੇ ਧਾਰਮਿਕ ਸਥਾਨਾਂ ਤੇ ਇਸਤੇਮਾਲ ਹੋਣ ਵਾਲਾ ਇਹ ਸਮਾਨ ਕਿਸੇ ਵੀ ਧਾਰਮਿਕ ਸਥਾਨ ਤੇ ਜਾਣਾ ਹੋਵੇ, ਇਸ ਨੂੰ ਬਾਰੀਕੀ ਨਾਲ ਸਜਾਉਣ ਵਾਲੇ ਹੱਥ ਮੁਸਲਿਮ ਲੋਕਾਂ ਦੇ ਹੀ ਹੁੰਦੇ ਨੇ। ਇੱਥੋਂ ਕੰਮ ਕਰਨ ਵਾਲੇ ਮੁਸਲਿਮ ਨੌਜਵਾਨ ਰਫੀ ਦੇ ਮੁਤਾਬਿਕ ਉਸਦਾ ਪਰਿਵਾਰ ਕਰੀਬ 40 ਸਾਲ ਪਹਿਲਾਂ ਕਰਤਾਰਪੁਰ ਆਇਆ ਸੀ। ਉਸਦੇ ਮੁਤਾਬਿਕ ਉਸਦੇ ਸਾਰੇ ਭੈਣ ਭਰਾਵਾਂ ਦਾ ਜਨਮ ਇੱਥੇ ਹੀ ਹੋਇਆ ਹੈ। ਰਫੀ ਦੱਸਦਾ ਕਿ ਕਰਤਾਰਪੁਰ ਵਿੱਚ ਕਰੀਬ 500 ਮੁਸਲਿਮ ਪਰਿਵਾਰ ਰਹਿੰਦੇ ਨੇ, ਜਿਨ੍ਹਾਂ ਵਿੱਚੋਂ ਕਈ ਆਜ਼ਾਦੀ ਦੇ ਸਮੇਂ ਦੇ ਇੱਥੇ ਨੇ। ਅੱਜ ਇਹ ਸਾਰੇ ਪਰਿਵਾਰ ਇੱਥੇ ਫਰਨੀਚਰ ਤੇ ਨਕਾਸ਼ੀ ਦਾ ਕੰਮ ਕਰਕੇ ਆਪਣਾ ਘਰ ਚਲਾਉਂਦੇ ਨੇ। ਇੱਥੇ ਤੱਕ ਕਿ ਇਹ ਪਰਿਵਾਰ ਹੋਰ ਕੋਈ ਕੰਮ ਹੀ ਨਹੀਂ ਕਰਦਾ। ਇਹੀ ਕਾਰਨ ਹੈ ਕਿ ਇਹ ਆਪਣੇ ਬੱਚਿਆਂ ਨੂੰ 8ਵੀਂ ਜਾਂ 10ਵੀਂ ਤੋਂ ਵੱਧ ਨਹੀਂ ਪੜ੍ਹਾਉਂਦੇ। ਉਹਨਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਪੜ੍ਹਾਈ ਦੀ ਥਾਂ ਕੰਮ ਸਿਖਾਇਆ ਜਾਂਦਾ ਹੈ। ਥੋੜ੍ਹੀ ਪੜ੍ਹਾਈ ਵੀ ਇਸ ਲਈ ਕਰਾਈ ਜਾਂਦੀ ਹੈ ਤਾਂ ਕਿ ਉਹਨਾਂ ਨੂੰ ਹਿਸਾਬ ਕਿਤਾਬ ਆ ਸਕੇ। ਕਰਤਾਰਪੁਰ ਤੋਂ ਕੋਈ ਫਰਨੀਚਰ ਹੀ ਅਜਿਹਾ ਹੁੰਦਾ ਹੈ ਜੋ ਇੱਥੋਂ ਬਣ ਕੇ ਜਾਏ ਅਤੇ ਉਸਨੂੰ ਮੁਸਲਿਮ ਪਰਿਵਾਰ ਦੇ ਲੋਕਾਂ ਦੇ ਹੱਥ ਨਾ ਲੱਗੇ ਹੋਣ, ਫਿਰ ਚਾਹੇ ਉਹ ਕਿਸੇ ਵੀ ਧਰਮ ਦੇ ਧਾਰਮਿਕ ਸਥਾਨ ਦੇ ਲਈ ਕਿਉਂ ਨਾ ਹੋਵੇ। ਰਫੀ ਮੁਤਾਬਿਕ ਅੱਜ ਉਹਨਾਂ ਨੂੰ ਕਰਤਾਰਪੁਰ ਵਿਖੇ ਹਰ ਧਰਮ ਦੇ ਲੋਕਾਂ ਕੋਲੋਂ ਖੂਬ ਪਿਆਰ ਮਿਲਦਾ ਹੈ। ਉਹ ਸਾਰੇ ਇਕੱਠੇ ਕੰਮ ਕਰਦੇ ਨੇ ਅਤੇ ਇਕੱਠੇ ਖਾਂਦੇ ਪੀਂਦੇ ਨੇ। ਕਰਤਾਰਪੁਰ ਵਿਖੇ ਫਰਨੀਚਰ ਦਾ ਕਾਰੋਬਾਰ ਕਰਨ ਵਾਲੇ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਫਰਨੀਚਰ ਦੇ ਨਾਲ ਨਾਲ ਗੁਰਦੁਆਰਿਆਂ ਲਈ ਪਾਲਕੀ ਸਾਹਿਬ, ਪੀੜਾ ਸਾਹਿਬ ਅਤੇ ਸੁਖਾਸਨ ਲਈ ਪਲੰਗ ਵੀ ਤਿਆਰ ਕੀਤੇ ਜਾਂਦੇ ਨੇ। ਇਹਨਾਂ ਨੂੰ ਤਿਆਰ ਤੇ ਪੰਜਾਬੀ ਕਾਰੀਗਰ ਕਰਦੇ ਨੇ। ਇਸ ਤੋਂ ਬਾਅਦ ਇਸ ਤੇ ਲਿਖੇ ਹੋਏ ਹਰ ਅੱਖਰ ਅਤੇ ਇਸਦੇ ਬਣੇ ਹਰ ਡਿਜ਼ਾਈਨ ਤੇ ਇਹਨਾਂ ਮੁਸਲਿਮ ਹੱਥਾਂ ਦੀ ਮਿਹਨਤ ਹੁੰਦੀ ਹੈ। ਪਰਮਜੀਤ ਸਿੰਘ ਮੁਤਾਬਿਕ ਇਹ ਪਰਿਵਾਰ ਕਈ ਪੁਸ਼ਤਾਂ ਤੋਂ ਇੱਥੇ ਰਹਿ ਰਹੇ ਨੇ। ਇੱਥੇ ਕਦੇ ਵੀ ਕਿਸੇ ਦੇ ਦਿਮਾਗ ਵਿੱਚ ਹਿੰਦੂ ਸਿੱਖ ਅਤੇ ਮੁਸਲਿਮ ਵਾਲੀ ਗੱਲ ਨਹੀਂ ਆਈ। ਸਰ, ਮੇਰਾ ਨਾਮ ਰਫੀ ਹੈ ਔਰ ਯਹਾਂ ਪੇ ਹਮਾਰੇ ਪਾਪਾ ਆਏ ਥੇ ਤਕਰੀਬਨ ਆਜ ਸੇ 40 ਸਾਲ ਪਹਿਲੇ, ਤੋ ਹਮਾਰਾ ਸਭ ਕਾ ਜਨਮ ਯਹੀਂ ਕਾ ਹੀ ਹੈ। 40 ਸਾਲ ਪਹਿਲੇ ਪਾਪਾ ਆਏ ਥੇ, ਉਨ੍ਹੀਂ ਸੇ ਫਿਰ ਹਮਾਰਾ ਜਨਮ ਯਹਾਂ ਪੇ ਹੈ ਔਰ ਸ਼ੁਰੂ ਸੇ ਹਮ ਯਹੀਂ ਪੇ ਰਹਿ ਰਹੇ ਹੈ। ਕਿਤਨੇ ਐਸੇ ਪਰਿਵਾਰ ਕਰਤਾਰਪੁਰ ਮੇਂ ਔਰ ਹੈ ਜੋ ਯਹਾਂ ਪਰ ਮੁਸਲਿਮ ਫੈਮਿਲੀਜ਼ ਜੋ ਯਹਾਂ ਪਰ ਰਹਿਤੀ ਹੈ ਸਭ ਕੇ ਸਾਥ ਮਿਲ ਜੁਲ ਕੇ? ਸਰ, ਯਹਾਂ ਪੇ ਤਕਰੀਬਨ ਕੋਈ 500 ਮੁਸਲਮਾਨੋ ਕੇ ਪਰਿਵਾਰ ਰਹਿ ਰਹੇ ਹੈ ਔਰ ਸਭੀ ਬਹੁਤ ਪੁਰਾਣੇ ਹੈ, ਕਾਫੀ ਟਾਈਮ ਸੇ ਮਤਲਬ ਯਹਾਂ ਪੇ ਰਹਿ ਰਹੇ ਹੂੰ। ਜੋ ਮੇਨ ਕਾਮ ਹੈ ਵੋ ਕਿਆ ਕਾਮ ਹੈ ਪਰਿਵਾਰੋਂ ਕਾ, ਕਿਉਂਕਿ ਦੇਖੋ ਬੱਚੇ ਵੀ ਮੈਨੇ ਦੇਖਾ ਕਿ ਉਹ ਲੋਕ ਜ਼ਿਆਦਾ ਨਹੀਂ ਆਪਣੇ ਪੜ੍ਹਾਤੇ, ਐਸਾ ਕੌਨ ਸਾ ਕਾਮ ਹੈ ਜਿਸ ਮੇਂ ਵੋ ਜ਼ਿਆਦਾ ਬੱਚੋਂ ਕੋ ਡਾਲ ਦੇਤੇ ਹੈ ਔਰ ਚੱਲ ਰਿਹਾ ਹੈ ਕਾਮ ਇਤਨੀ ਪੁਸ਼ਤੋਂ ਸੇ? ਸਰ, ਬਸ ਅਬ ਦੇਖੀਏ ਕਹਿਣੇ ਕੋ ਤੋ ਇਹ ਆ ਜਾਏਗਾ, ਆਜ ਕੱਲ ਅਗਰ ਜ਼ਿਆਦਾ ਵੀ ਪੜ੍ਹਾ ਰਿਹਾ ਤੋ ਵੀ ਨੌਕਰੀ ਕੇ ਲੀਏ ਭਟਕ ਹੀ ਰਹੇ ਲੋਕ ਔਰ ਹਮਾਰੇ ਯਹਾਂ ਪੇ ਜ਼ਿਆਦਾ ਸੇ ਜ਼ਿਆਦਾ ਅਗਰ 5-7-8 ਕਲਾਸ ਪੜ੍ਹਾ ਦੇਤਾ ਹੈ ਵੋ ਵੀ ਇੱਕ ਬਸ ਹਿਸਾਬ ਕਿਤਾਬ ਕਰਨੇ ਵਾਲਾ ਬਣ ਜਾਏ, ਬਾਕੀ ਤੋ ਇਹ ਹੈ ਕਿ ਕਰਨਾ ਉਸਨੇ ਕਾਮ ਹੀ ਹੈ ਔਰ ਹਮਾਰੇ ਜਿਤਨੇ ਵੀ ਮੁਸਲਮਾਨ ਲੋਕ ਯਹਾਂ ਪੇ ਹੈ ਉਹਨਾਂ ਨੇ ਕੁਛ ਨਹੀਂ ਅਗਰ ਜ਼ਿਆਦਾ ਅਗਰ ਨਹੀਂ ਪੜ੍ਹਾਇਆ ਤੋ ਕਮ ਸੇ ਕਮ 7-8 ਕਲਾਸ ਆਪਣੇ ਬੱਚੋਂ ਕੋ ਪੜ੍ਹਾਉਣ ਕੇ ਬਾਅਦ ਉਹਨਾਂ ਨੇ ਸਭ ਕੋ ਆਪਣਾ ਲੱਕੜ ਕਾ ਕਾਮ ਸਿਖਾਇਆ ਹੋਇਆ ਹੈ, ਲੱਕੜ ਕਾ ਕਾਮ ਕਰ ਰਹੇ ਹੈ ਯਹਾਂ ਪੇ, ਸੋਫੇ ਬਣਾਉਣੇ ਕਾ ਕਾਮ ਕਰ ਰਹੇ ਹੈ ਤੋ ਐਸੇ ਹੀ ਮਤਲਬ ਕਾਰਵਿੰਗ ਕਾ ਡਿਜ਼ਾਇਨਿੰਗ ਵਗੈਰਾ ਕਾ ਕਾਮ ਚੱਲ ਰਿਹਾ ਹੈ ਤੋ ਇਹ ਚੀਜ਼ ਇਸਕੇ ਬਾਅਦ ਥੋੜ੍ਹੀ ਬਹੁਤ ਪੜ੍ਹਾਈ ਕੇ ਬਾਅਦ ਇਹ ਕਾਮ ਕੇ ਲੀਏ ਪੂਰਾ ਪੱਕਾ ਕਿਆ ਹੋਇਆ। ਮੇਰੇ ਕੋ ਇੱਕ ਚੀਜ਼ ਬਤਾਨਾ, ਯਹਾਂ ਪਰ ਲੱਕੜੀ ਕਾ ਕਾਮ ਬਹੁਤ ਹੁੰਦਾ ਹੈ, ਲੱਕੜੀ ਬਾਹਰ ਸੇ ਆ ਜਾਂਦੀ ਹੈ, ਲੱਕੜੀ ਕਾ ਤਿਆਰ ਵੀ ਹੋ ਜਾਂਦਾ ਮਾਲ, ਲੇਕਿਨ ਜੋ ਬਿਲਕੁਲ ਬਾਰੀਕ ਮਹੀਨ ਕਾਮ ਹੈ ਲੱਕੜੀ ਕੇ ਉੱਪਰ ਵੋ ਸਿਰਫ ਮੁਸਲਿਮ ਫੈਮਿਲੀਜ਼ ਕੋ ਮੈਨੇ ਕਰਤੇ ਹੋਏ ਦੇਖਾ ਹੈ, ਉਸੀ ਕੇ ਲੀਏ ਇਹ ਪਰਿਵਾਰ ਆਏ ਥੇ ਕਿਸੇ ਜ਼ਮਾਨੇ ਮੇਂ? ਸਰ, ਇਹ ਕਾਮ ਜੋ ਹੈ ਹਮਾਰੇ ਪੁਰਖੋਂ ਸੇ ਚਲਤਾ ਹੁਆ ਆ ਰਹਾ ਹੈ, ਪਹਿਲੇ ਵੀ ਜੋ ਹੈ ਇਹ ਕਾਮ ਜੋ ਹੈ ਸਿਰਫ ਮੁਸਲਮਾਨ ਲੋਕ ਹੀ ਕਰਤੇ ਹੈ ਔਰ ਇਹ ਕਾਮ ਪਹਿਲੇ ਸੇ ਹਮਾਰੇ ਦਾਦਾ ਪੜਦਾਦਾਓ ਸੇ ਚਲਤਾ ਹੁਆ ਆ ਰਹਾ ਹੈ, ਐਸੇ ਹੀ ਇਹ ਚੱਲ ਰਿਹਾ ਹੈ, ਪਹਿਲੇ ਵੋ ਕਰਤੇ ਥੇ ਵੋ ਹੁਨਰ ਹਮੇਂ ਦੇ ਗਏ ਅਬ ਹਮ ਕਰ ਰਹੇ ਹੈ ਇਸ ਕਾਮ ਕੋ ਔਰ ਆਨੇ ਵਾਲੇ ਸਮੇਂ ਮੇਂ ਬੱਚੇ ਵੀ ਐਸੇ ਹੀ ਰਹੇਂਗੇ? ਬਸ ਸਰ, ਵੋ ਤਾਂ ਆਨੇ ਵਾਲਾ ਸਮਾਂ ਬਤਾਏਗਾ, ਅਬ ਦੇਖਤੇ ਹੈ ਜੈਸੇ ਕਿ ਹਿਸਾਬ ਚੱਲ ਰਿਹਾ ਹੈ ਐਸਾ ਹੀ ਹੋਗਾ, ਕਿਉਂਕਿ ਪੜ੍ਹਾਈ ਲਿਖਾਈ ਤੋਂ ਜੈਸੇ ਕਿ ਆਪ
कोई फ़ायदा ही नहीं दिख रहा है पढ़ाई लिखाई का। तो अभी अब जैसे कि आप मान लो हमारे यहाँ पे कितने लोग ऐसे हैं जो पढ़ाई लिखाई करने के बाद भी कोई चाय बेच रहा है, कोई रेड़ी लगा रहा है, यानी कि वो डिग्रियाँ पास लोग हैं और फिर भी वो ऐसे ऐसे काम कर रहे हैं। तो फिर तो कोई सर इसी काम में फिर तो अच्छे हैं हम, ये काम हमारे लिए अच्छा है।